ਦੇ ਵਸ ਦੀ ਗੱਲ ਨਹੀਂ ਹੈ, ਗੁਰੂ ਸਾਹਿਬ ਆਪ ਕਿਰਪਾ ਕਰਨ ਤਾਂ ਹੀ ਸਤਿਗੁਰੂ ਦੀ ਬਾਣੀ ਗਾਈ ਜਾਂਦੀ ਹੈ। ਸੋ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਇਹ ਆਤਮ ਰਸ ਸੰਪੂਰਨ ਕਰਾਇਆ। ਸੋ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਰ ਬਖਸ਼ਿਸ਼ ਰਹਿਮਤ ਸਦਕਾ ਸਾਨੂੰ ਸਾਰਿਆਂ ਨੂੰ ਇਸ ਭਾਗ ਸਮਾਂ ਬਖਸ਼ਿਸ਼ ਹੋਇਆ ਕਿ ਅਸੀਂ ਰਲ ਮਿਲ ਕੇ ਸਤਿਗੁਰੂ ਜੀ ਦੀ ਕੀਰਤੀ ਕਰੀਏ। ਸੋ ਆਨੰਦ ਸਾਹਿਬ ਜੀ ਦਾ ਜਾਪ ਸਾਰੀਆਂ ਸੰਗਤਾਂ ਰਲ ਕੇ ਕਰੀਏ ਜੀ, ਕੋਈ ਵੀ ਰਸਨਾ ਵਾਚੀ ਨਾ ਰਹੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਦੀ ਪ੍ਰਾਪਤੀ ਇਸੇ ਤਰ੍ਹਾਂ ਹੀ ਸੰਗਤ ਵਿੱਚੋਂ ਹੋਣੀ ਹੈ, ਜਦੋਂ ਕਿਰਪਾ ਹੋਈ ਸੰਗਤ ਵਿੱਚੋਂ ਹੀ ਹੋਣੀ ਹੈ। ਸਤਿਗੁਰੂ ਜੀ ਨੇ ਜਦੋਂ ਸਾਡੀਆਂ ਝੋਲੀਆਂ ਭਰੀਆਂ ਸੰਗਤ ਵਿੱਚੋਂ ਹੀ ਭਰਨੀਆਂ ਨੇ ਤੇ ਅਰਦਾਸਾਂ ਦੁਆਰਾ ਭਰਨੀਆਂ। ਸੋ ਆਓ ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਕੋਈ ਵੀ ਰਸਨਾ ਵਾਚੀ ਨਾ। ਰਾਮਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਰਮਤੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆ, ਸੁਣੋ ਤਗਾਵੋ ਹਰੀ ਕੇ ਰਾਮ ਨਜਦੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਅਨੁਸਾਰ ਨਾਮ ਜਿਨ ਕੈ ਮਨ ਸਿਆਵਾ ਜੇ ਸੁਖ ਕਨੇਰੇ, ਕਹਿ ਨਾਨਕ ਸੱਚੇ ਸਾਖ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰ ਸਾਚਾ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ, ਪ੍ਰਸ਼ਾਦ ਸੁਖ ਮਨ ਗਾਇ ਵਸਿਆ ਦਿਨ ਇੱਛਾ, ਸਦਾ ਪ੍ਰਵਾਨ ਪਿਤਾ ਗੁਰਵਿਟ ਹੋ ਦਿਸਦੀਆਂ ਇਹ ਵਡਿਆਈ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੁਪਿਆ, ਸਾਚਾ ਨਾਮ ਮੇਰਾ ਆਧਾਰ ਵਾਜੇ ਮੰਚ ਸ਼ਬਦ ਜਦਕਾਰ ਸਪਾਕੇ ਕਾਰ ਸਪਾਕੇ ਸ਼ਬਦ ਵਾਜੇ ਕਲਾ ਕਰ ਦੁੱਖ ਰੋਗ ਸੰਧਾਰੇ ਸੁਣੀ ਸੱਚੀ ਬਾਣੀ, ਸੁਣਦੇ ਪੁਰੀਤ ਕਰਦੇ ਪਵਿੱਤਰ ਜਿੰਨੀ ਨਾਮ ਤੇ ਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ